हेलो सत श्री अकाल जी सारे नूं, अज असीं आए सीगे मारुति सुजुकी दे शोरूम ते गड्डी देखणा सीगा ब्रीजा जिहड़ी कि नवीं रेंज रोवर दी शोरशिप जिहदे विच थोड़ी जिही आई आ। इह ते आ मूहरे जिहड़ी इहदी आ मूहरे तुहानूं दिखा दिंदे, पहिली नालों बहुत ज़्यादा चेंज कीती गई आ। जिहड़ी इह ब्रीजा वी हैगी स्मार्ट हाइब्रिड ते मूहरे तुसीं देख सकदे आ वी जिहड़े आ अपने प्रोजैक्टर LED दित्ते गए आ, जिहड़ियां हैलोजन जिहड़े बल्ब सीगे उह चाटी तों जमा इंडीकेटर वी जिहड़े दूजे आ। ते मूहरे जिहड़े आपां तुसीं देख सकदे आ वी दूसरा सिविल दा लोगो लगा होया वा, ਅਤੇ ਜਿਹੜਾ ਇਹਦੇ ਥੱਲੇ ਜਿਹੜੇ ਆ ਉਹ ਫੋਗ ਲੈਂਪ ਜਿਹੜੀਆਂ ਨਹੀਂ ਆਉਂਦੀਆਂ ਹੈਗੀਆਂ। ਇਹ ਥੋੜ੍ਹਾ ਜਿਹੜਾ ਮਿਡਵੇ ਰੇਂਜ ਆ ਆਪਾਂ ਕਹਿ ਸਕਦੇ ਹਾਂ। ਅਤੇ ਜਿਹੜੇ ਇਹਦੇ ਆਪਣੇ ਹੈਗੇ ਆ ਨਾਲ ਦੇ ਅਲੋਏ ਵੀਲ ਉਹ ਆਪਾਂ ਦਿਖਾਉਂਦੇ ਹਾਂ, ਇਹਦੇ ਅਲੋਏ ਵੀਲ ਆ ਦਿੱਤੇ ਹੋਏ। ਜਿਹੜੇ ਇਹਨਾਂ ਦਾ ਰਿਮ ਸਾਈਜ਼ ਹੈਗਾ ਵਾ 16 ਇੰਚ ਜਿਹੜਾ ਰਿਮ ਸਾਈਜ਼ ਆ, ਅਤੇ ਸਸਪੈਂਸ਼ਨ ਪੱਖੋਂ ਗੱਡੀ ਜਿਹੜੀ ਬਹੁਤ ਵਧੀਆ ਬਣਾਈ, ਇਹਦੀ ਬਿਲਡ ਕੁਆਲਿਟੀ ਵਧੀਆ ਆ ਗੱਡੀ ਦੀ। ਇੱਕ ਜਿਹੜੇ ਨਾਲ ਹੀ ਇਹਦੇ ਆਹ ਜਿਹੜੇ ਮਤਲਬ ਪਾਏ ਆ ਉਹਨਾਂ ਨੇ ਵਧੀਆ ਗੱਲ ਜਿਹੜੀ ਨਾਲ ਅਲੋਏ ਦੇਣ ਲੱਗ ਪਏ ਆ। ਆਹ ਕੁਛ ਗੱਡੀ ਆ ਅਤੇ ਵਿੱਚ ਜਿਹੜੀ ਇਹਦੀ ਯਾਰ ਕੀ ਦੇ ਸੈਂਟਰੀ ਕਰਤੀ ਆ, ਇਹਦੇ ਜਿਹੜੇ ਆ IRVM ਆ ਜਿਹਦੇ ਵਿੱਚ ਨਾਲ ਇੰਡੀਕੇਟਰ ਲੱਗੇ ਹੁੰਦੇ ਆ। ਇਹ ਤਾਂ ਕਿਸੇ ਕਸਟਮਰ ਦੇ ਬੁੱਕ ਕਰਵਾਈ ਹੋਈ ਆ, ਕੀਲੈਸ ਐਂਟਰੀ ਇਹਦੇ ਵਿੱਚ ਕੀਲੈਸ ਐਂਟਰੀ ਵੀ ਦਿੱਤੀ ਹੋਈ ਆ, ਅਤੇ ਆਹ ਥੋੜ੍ਹੀ ਵਿੱਚੋਂ ਇਹਦਾ ਜਿਹੜਾ ਵਾ ਇੰਟੀਰੀਅਰ ਕੁਛ ਇਸ ਪ੍ਰਕਾਰ ਦਾ, ਇਹਦੇ ਉੱਤੇ ਵੀ ਮਾਊਂਟਡ ਕੰਟਰੋਲ ਦਿੱਤੇ ਗਏ ਆ, ਅਤੇ ਇੱਥੋਂ ਆਪਾਂ ਜਿਹੜਾ ਵੋਲੀਊਮ ਅਪ ਡਾਊਨ ਮਿਊਟ ਦਾ ਸਾਰਾ ਜਿਹੜਾ ਮਤਲਬ ਆਪਾਂ ਮਿਡ ਵੇਟ ਦੇ ਸਵਿਫਟ ਵਿੱਚ ਜਿਹੜਾ ਇਹਦਾ ਸਟੀਅਰਿੰਗ ਵੀਲ ਆ ਸੇਮ ਉਸੇ ਟਾਈਪ ਦਾ ਹੀ ਆ। ਅਤੇ ਇਹਦੇ ਵਿੱਚ ਹਾਂ ਜਿਹੜਾ ਡਿਜੀਟਲ ਮੀਟਰ ਇਹ ਜਿਹੜਾ ਦਿੱਤਾ ਗਿਆ ਵਾ, ਜਿਹਦੇ ਵਿੱਚ ਆਪਾਂ ਨੂੰ ਮਤਲਬ ਕੋਈ ਵੀ ਜਿਹੜੀ ਆ ਡੋਰ ਓਪਨ ਹੁੰਦੀ ਆ ਉਹਦੇ ਆਪਾਂ ਇਹਦਾ ਆਪਾਂ ਨੂੰ ਆਪਸ਼ਨ ਵਿੱਚ ਇਹਦੇ ਮਿਲਦੀ ਹੈ ਖੋਲ੍ਹਣ ਦੀ। ਅਤੇ ਜਿਹੜਾ ਮੀਟਰ ਕੁਛ ਇਹਦਾ ਇੱਦਾਂ ਦਾ ਆ, ਮਤਲਬ ਅੱਗੇ ਨੂੰ ਕਾਫੀ ਚੇਂਜ ਕੀਤੀ ਆ। 7 ਇੰਚੀ ਜਿਹੜੀ ਆ ਇਹਦੇ ਵਿੱਚ LED ਡਿਸਪਲੇ ਆਉਂਦੀ ਆ, ਇਹ ਉਹਦਾ ਕਿਸੇ ਕਸਟਮਰ ਨੇ ਬੁੱਕ ਕਰਵਾਈ ਹੋਈ ਆ। ਅਤੇ ਇਹਦੇ ਵਿੱਚ ਜਿਹੜੇ ਆ ਆਫਟਰ ਮਾਰਕੀਟ ਨਹੀਂ ਆਪਾਂ ਇਹਨੂੰ ਕਹਿ ਸਕਦੇ, ਮਤਲਬ ਕੰਪਨੀ ਦੇ ਵਿੱਚ ਜਿਹੜੇ ਉਹਨਾਂ ਸੀਟ ਕਵਰ ਲਾ ਕੇ ਦਿੱਤੇ ਆ, ਵੈਂਟੀਲੇਟਰ ਸੀਟ ਦੀ ਆਪਸ਼ਨ ਨਹੀਂ ਮਿਲਦੀ ਗੀ। ਅਤੇ ਜਿਹੜੇ 5-speed ਦਾ ਗੇਅਰ ਬਾਕਸ ਆ, ਗਲਾਵ ਬਾਕਸ, ORVM ਅਤੇ ਪਾਵਰ ਵਿੰਡੋ ਆ ਚਾਰੀ, ਮਤਲਬ ਕਿ ਸਹੀ ਆ, ਗੁੱਡ ਆ ਗੱਡੀ। ਅਤੇ ਪ੍ਰਾਈਸ ਰੇਂਜ ਵੀ ਠੀਕ ਹੈ, ਇੰਨੀ ਜ਼ਿਆਦਾ ਨਹੀਂ ਗੀ, ਮਤਲਬ ਜੇ ਇਹਨੂੰ ਆਪਾਂ ਕਹੀਏ ਵੀ ਮਿਡ ਵਿੰਡ ਸਾਊਂਡ ਸਹੀ ਆ, ਇੱਕ ਕੀਲੈਸ ਐਂਟਰੀ ਦੇ ਤੀ ਆ, ਦੂਜਾ ਕੁਛ ਸਟਾਰ ਸਟੋਪ ਬਟਨ ਦੇ ਤਾ ਆ, ਆਹ ਕੁਛ ਇਹਦੇ ਜਿਹੜੇ ਆ ਬਲੂਰ ਆ, ਅਤੇ ਪਿੱਛੋਂ ਕੁਛ ਜਿਹੜੀ ਆ ਇਸ ਪ੍ਰਕਾਰ ਦੀ ਆ। ਅਤੇ ਹਾਂ, ਸਭ ਤੋਂ ਜਿਹੜੀ ਵਧੀਆ ਗੱਲ ਮੈਨੂੰ ਲੱਗੀ ਰਹੀ ਬ੍ਰਿਜਾ ਦੇ ਵਿੱਚ ਜਿਹੜੀ ਸਨਰੂਫ ਦੇ ਤੀ ਉਹਨਾਂ ਨੇ ਹੁਣ, ਅਤੇ ਬਾਕੀ ਮੈਂ ਤੁਹਾਨੂੰ ਇਹਦਾ ਬਾਹਰੋਂ ਵਾਕਆਊਟ ਕਰਾਉਂਦਾ ਆ ਗੱਡੀ ਦਾ। ਹਾਂ, ਇੱਕ ਚੀਜ਼ ਹੈਗੀ ਜਿਹੜੇ ਦੇ ਵਿੱਚ ਹੁਣ ਮਿਊਜ਼ਿਕ ਸਿਸਟਮ ਬਹੁਤ ਜ਼ਿਆਦਾ ਅਪਡੇਟ ਕਰਤਾ, ਚਾਰੇ ਵਿੰਡੋ ਦੇ ਵਿੱਚ ਸਪੀਕਰ ਆਉਣ ਲੱਗ ਪਏ ਆ, ਅਤੇ ਕੁਛ ਇੱਦਾਂ ਦੀ ਗੱਡੀ ਜਿਹੜੀ ਆ ਤੁਹਾਨੂੰ ਵਾਕਆਊਟ ਦਿਖਾ ਦਿੰਦਾ ਕਿੱਦਾਂ ਦੀ ਆ ਇਹ। ਅਤੇ ਆਹ ਜਿਹੜਾ ਉੱਪਰ ਇਹਦਾ ਜਿਹੜਾ ਆ ਸੰਦਰੂਪ ਜਿਹੜੀ ਆ, ਬਾਕੀ ਟੈਂਕ ਜਿਹੜਾ ਉਹ ਆਪਾਂ ਨੂੰ ਲੈਫਟ ਸਾਈਡ ਦੇਖਣ ਨੂੰ ਮਿਲਦਾ, ਅਤੇ ਪਿੱਛੋਂ ਜਿਹੜੀ ਲੁੱਕ ਆ ਜਮ੍ਹਾਂ ਚੇਂਜ ਕਰਤੀ ਆ, ਜਿਹੜੀ ਪਿੱਛੋਂ ਡਿਜ਼ਾਇਨ ਜਿਹੜੀ ਆ ਕੁਛ ਇੱਦਾਂ ਦੀ ਆ, ਰੇਂਜ ਰੋਵਰ ਲੁੱਕ ਲੱਗਦੀ ਆ ਜੇ ਕੋਈ ਇਹਨੂੰ ਮੋਡੀਫਾਈ ਕਰਾਉਣਾ ਚਾਹੂਗਾ। ਜਿਹੜਾ ਕਹਿੰਦੇ ਇਹਦਾ ਟੋਪ ਵੇਰੀਅੰਟ ਉਹਦੇ ਵਿੱਚ ਜਿਹੜੀ ਆ ਆਪਾਂ ਨੂੰ ਆਪਸ਼ਨਲ ਮਿਲ ਜਾਂਦੀ ਆ, ਛੱਤ 'ਚ ਆਪਾਂ ਬਲੈਕ ਕਰਾਉਣੀ ਤਾਂ ਕਰਵਾ ਸਕਦੇ ਹਾਂ, ਬਾਕੀ ਰੂਫ ਰੇਸ ਦਿੱਤੀਆਂ ਆ ਟੈਸਟ ਦਿੱਤੇ ਆ, ਅਤੇ ਇੱਦਾਂ ਹੀ ਸਾਰੀ ਗੱਡੀ ਸੀਗੀ। ਅਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਜਿਹੜੀ ਇਹ ਵਧੀਆ ਜਾਂ ਕਿੱਦਾਂ ਹੀ ਲੱਗੀ ਆ, ਅਤੇ ਜੇ ਹੋਰ ਵੀ ਇਨਫੋਰਮੇਸ਼ਨ ਚਾਹੀਦੀ ਆ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਆ, ਅਤੇ ਬਾਕੀ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਗੱਡੀ ਜਿਹੜੀ ਆ ਕਿਹੋ ਜਿਹੀ ਲੱਗਦੀ ਆ ਆਹ ਇਹਦੇ ਵਿੱਚ। ਅਤੇ ਬਾਕੀ ਕੋਈ ਨਹੀਂ, ਤੁਸੀਂ ਸਾਨੂੰ ਦੱਸਿਓ ਕਮੈਂਟ ਕਰਕੇ ਵੀ ਤੁਹਾਨੂੰ ਮਤਲਬ ਕੀ ਵਧੀਆ ਗੱਡੀ ਵਿੱਚ ਕੀ ਨਹੀਂ ਲੱਗਾ, ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਕਮੈਂਟ ਕਰੋ ਅਤੇ ਵੀਡੀਓ ਨੂੰ ਲਾਈਕ ਕਰਿਓ। ਥੈਂਕ ਯੂ ਸੋ ਮਚ।